ਇਸ ਤੋਂ ਕਾਫਿਰ ਮੁਮਿਨ ਦਾ ਵੀ ਕੋਈ ਖਿਆਲ ਨਹੀਂ, ਉਹ ਸਿਰਫ ਫਰਜ਼ ਜਿਹੜੇ ਸਦਕੇ ਨਾ ਜ਼ਕਾਤ ਵਗੈਰਾ ਉਹਨਾਂ ਲਈ ਪਾਬੰਦੀ ਹੈ ਵੀ ਮੁਸਲਮਾਨਾਂ 'ਤੇ। ਇਹ ਕੁਰਬਾਨੀ ਦੇ ਬਾਰੇ 'ਚ ਮੈਂ ਸਵਾਲਾਂ ਦੇ ਜਵਾਬ 'ਚ ਹੀ ਕਹਿ ਚੁੱਕਾਂ ਕਿ ਕੁਰਬਾਨੀ ਦਾ ਗੋਸ਼ਤ ਇੱਥੇ ਵੀ ਤੁਸੀਂ ਗੈਰ ਮੁਸਲਮਾਨ ਨੂੰ ਦੇ ਸਕਦੇ ਜੇ, ਇੱਥੇ ਕੋਈ ਪਾਬੰਦੀ ਨਹੀਂ। ਅਗਰ ਕੋਲ ਕੋਈ ਈਸਾਈ ਵਗੈਰਾ ਵੱਸਦਾ ਤੁਹਾਡਾ ਖੁਸ਼ੀ ਦਾ ਦੇਣਾ, ਉਹਨੂੰ ਵੀ ਆਪਣੇ ਹਮਸਾਏ ਨੂੰ ਦਿਓ, ਜਾਇਜ਼ ਹੈ। ਔਰ ਅਗਰ ਉੱਧਰ ਵੀ ਭੇਜਿਆ ਜਾਏ ਖੱਲਾਂ ਵਗੈਰਾ ਤਾਂ ਠੀਕ ਹੈ, ਕੋਈ ਨਹੀਂ, ਗੈਰ ਮੁਸਲਮਾਨ ਦੀ ਬੰਦਿਸ਼ ਕੋਈ ਨਹੀਂ। ਫਰਜ਼ ਸਦਕੇ ਜਿਹੜੇ ਆ ਸਿਰਫ ਉਹ ਹਰਾਮ ਹੈ ਉਹਨਾਂ ਵਾਸਤੇ।